ਗੁਰਦਾਸ ਮਾਨ ਤੇ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸਰਵੇ। ਗੁਰਦਾਸ ਮਾਨ ਸਹੀ ਜਾਂ ਗਲਤ, ਸੁਣੋ ਪੰਜਾਬ ਦੇ ਲੋਕਾਂ ਦੀ ਰਾਏ। ਗੁਰਦਾਸ ਮਾਨ ਜੀ ਨੇ ਜੋ ਕਿਹਾ ਬਿਲਕੁਲ ਰਾਈਟ ਕਿਹਾ ਹੈ। ਅੱਜ ਪੰਜਾਬੀ ਭਾਸ਼ਾ ਜੋ ਹੈ ਉਹ ਆਸਮਾਨ ਤੇ ਪਹੁੰਚੀ ਹੋਈ ਹੈ। ਬਹੁਤ ਸਿੱਖਾਂ ਦਾ ਉਹਦੇ ਰੋਲ ਹੈ, ਬਹੁਤ ਪੰਜਾਬੀਆਂ ਦਾ ਉਹਨੇ ਰੋਲ ਹੈ। ਗੁਰਦਾਸ ਮਾਨ ਹੀ ਇੱਕ ਉਹ ਹੈ ਜਿਹਦਾ ਉਸ ਪਦਵੀ ਪਹੁੰਚਾਉਣ ਦੇ ਉਹਦਾ ਵੀ ਬੜਾ ਵੱਡਾ ਰੋਲ ਹੈ। ਗੁਰਦਾਸ ਮਾਨ ਦੇ ਦਿਲ 'ਚ ਵਸਦੀ ਹੋਏਗੀ ਪੰਜਾਬੀ, ਤਾਂ ਬਿਲਕੁਲ ਰਾਈਟ ਕਿਹਾ ਹੈ। ਹਿੰਦੀ ਵੀ ਜੋ ਉਨੀ ਜ਼ਰੂਰੀ ਹੈ, ਪੰਜਾਬੀ ਵੀ ਉਨੀ ਜ਼ਰੂਰੀ ਹੈ। ਗੁਰਦਾਸ ਮਾਨ ਜੀ ਨੇ ਜਿਵੇਂ ਕਿਹਾ ਬਹੁਤ ਵਧੀਆ ਕਿਹਾ ਹੈਗਾ ਜੀ ਵੀ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ ਅਤੇ ਜਿਵੇਂ ਮਤਲਬ ਹਿੰਦੀ ਸਾਡੀ ਮਾਸੀ ਹੈ, ਅਤੇ ਬਹੁਤ ਵਧੀਆ ਕਿਹਾ ਉਹਨਾਂ ਨੇ। ਸਹੀ ਕਿਹਾ ਗੁਰਦਾਸ ਮਾਨ ਨੂੰ ਇਹ ਗੱਲ, ਮਾਤਾ ਦੀ ਤਾਂ ਮਾਸੀ ਤਾਂ ਦੋਨਾਂ ਦਾ ਖਿਆਲ ਰੱਖਣਾ ਚਾਹੀਦਾ। ਜਿਹੜੇ ਗੁਰਦਾਸ ਮਾਨ ਜੀ ਨੇ ਸ਼ਬਦ ਕਹੇ ਸੀਗੇ ਵੈਸੇ ਤਾਂ ਠੀਕ ਸੀਗਾ, ਉਹਨਾਂ ਨੇ ਚੰਗੀ ਗੱਲ ਕਹੀ ਸੀ, ਸਾਰੀਆਂ ਭਾਸ਼ਾਵਾਂ ਮਤਲਬ ਸਿੱਖਣੀਆਂ ਚਾਹੀਦੀਆਂ, ਇਹ ਗੱਲ ਤਾਂ ਚੰਗੀ ਆ।